जी सत श्री अकाल जी। और की हाल चाल ने सारे दे? ठीक ठाक। अज जा रहे सी न्यूयॉर्क। मैं आया सी कितने बाहर, मैं सोचा अज थोड़ी वीडियो बना के यूट्यूब ते पाने हैं, तुहानू भी दर्शन कराने अमेरिका दे। लाई है वीडियो, हमने देखते हैं किदां दी बनती है। और ठीक ठाक हो सारे? रेड लाइट आ गई, खड़ना पैना हूँ। सामने वो गैस स्टेशन आ अपने इंडिया च, जिवें पेट्रोल पंप कह दें है ना अमेरिकन वालों का। गड्डियां लंघ रही तेज रफ्तार से। और किदां सारे कर रहे हो इंजॉय? तो वड्डा चौराहा, गड्डियां जा रही फास्ट। हाँ जी, बड़ी लंबी लाइट आ। चलो खड़े हैं, अभी की कर सकते हैं। होगी जी ग्रीन लाइट, हुण आपां मुड़ीए। आ जा भी, आ जा तू, लंघ जा, बाला काला तू। फिर रेड लाइट, मेरा ख्याल है खड़े खड़े जी मूवी खत्म हो जानी है तुहाडी। सामने भी एक गैस स्टेशन आ गया 7-11 वाले का। तेल प्राइस बड़े वध गए आ। रेगुलर जिहड़ा हैगा $4.09 ते लग्या होया है जी। की करिए, पाउणा पैंदा। पहलां $2-2.5 नूं हुंदा सीगा। आ जदों दा यूक्रेन ते रूस की लड़ाई चली है, तो उस तो बाद गैस के रेट वध गए। चल भी मार टर्न, इन्हां नूं भी बहाना ही चाहिए हुंदा कोई भी चीज़ वधाउण वास्ते, कि तेल पिछों नहीं आ रहा, इस कारण फिर तेल दे प्राइस चक देंदे आ। पिछे जे भी किसी ने कहता, कहिंदा भी यूक्रेन ते रूस की लड़ाई चल रही है, तो आलू बड़े महंगे हो गए। लोगों ने फिर सवाल जवाब किए भी की गल है, भी जेडे आलू आ कि यूक्रेन वाले भेजते हैं कि अपने इंडिया दे विच, या रूस वाले भेजते हैं। इन्हां नूं मौका चाहिए होंदा कि कोई सानू बहाना मिले अपने प्राइस वधाउण ते। ठीक है जी, देखो जी सड़क अमरीका दियाँ बड़िया सोहनिया सड़क, पता नहीं लगता गड्डी जा रही है कि कुछ। तो आप मरनी है टर्न, आप चढ़ना हाईवे ते। लो जी चल मेरा भाई, स्टॉप साइन पहला करांगे आप स्टॉप, फिर चढ़ांगे हाईवे ते। वड्डा हाईवे नहीं आ,
ਚੱਲ ਬਈ ਚੱਲ ਚੱਲ ਤੂੰ ਨਾ ਪਿੱਛੇ ਰਹਿ ਜੀ ਬਈ ਮੌਸਮ ਵੀ ਬਾਹਰ ਬਾਹਰ ਬਹੁਤ ਵਧੀਆ ਹੋਇਆ ਪਿਆ ਦੇਖ ਰਹੇ ਹੋ ਤੁਸੀਂ ਅੱਜ ਨਾ ਠੰਡ ਆ ਅਤੇ ਨਾ ਜ਼ਿਆਦਾ ਗਰਮੀ ਆ ਅਤੇ ਦਰਖਤ ਦੇਖੋ ਹਰਿਆਲੀ ਸਾਰੀ ਖਤਮ ਹੋਈ ਪਈ ਆ ਕਿਉਂਕਿ ਹੁਣੇ ਸਨੋਅ ਪੈ ਕੇ ਹਟੀ ਆ ਜਦੋਂ ਸਨੋਅ ਪੈਂਦੀ ਆ ਤਾਂ ਸਾਰੇ ਦਰਖਤ ਸੁੱਕ ਜਾਂਦੇ ਆ ਸਾਰੇ ਪੱਤੇ ਝੜ ਜਾਂਦੇ ਆ ਅਤੇ ਹੁਣ ਜਦੋਂ ਬਰਸਾਤਾਂ ਪੈਣਗੀਆਂ ਦਸਾਂ ਪੰਦਰਾਂ ਦਿਨਾਂ ਦੇ ਵਿੱਚ ਹੀ ਹਰੇ ਹੋ ਜਾਣਗੇ ਸਾਰੇ ਇਹ ਖਾਸੀਅਤ ਹੈ ਇੱਥੋਂ ਦੀ ਆਪਣੇ ਇੰਡੀਆ ਦੇ ਵਿੱਚ ਜੇ ਇੱਕ ਵਾਰ ਦਰਖਤ ਸੁੱਕ ਜਾਏ ਤਾਂ ਉਹਨੂੰ ਹਰਿਆਲੀ ਲਿਆਉਣੀ ਬਹੁਤ ਔਖੀ ਹੋ ਜਾਂਦੀ ਹੈ ਪਰ ਇੱਥੇ ਨਹੀਂ ਆ ਦਸਾਂ ਪੰਦਰਾਂ ਦਿਨਾਂ ਦੇ ਵਿੱਚ ਹੀ ਸੈੱਟ ਹੋ ਜਾਣਾ ਸਾਰਾ ਚੱਲ ਬਈ 50 ਦੀ ਸਪੀਡ ਆ ਪਰ ਸ਼ਾਮ ਦਾ ਵੇਲਾ ਰਸ਼ ਲੱਗਿਆ ਹੋਇਆ ਗੱਡੀਆਂ ਹੌਲੇ ਹੀ ਚੱਲਣਗੀਆਂ ਇਸ ਵੇਲੇ ਨਾ ਚੱਲ ਬਈ ਮੇਰਾ ਭਾਈ ਦੱਸ ਰਿਹਾ ਬਈ ਆਪਣਾ ਮੈਪ ਕਹਿੰਦਾ ਅੱਗੇ ਰੈੱਡ ਲਾਈਟ ਵਾਲਾ ਕੈਮਰਾ ਲੱਗਿਆ ਪਿਆ ਕਹਿੰਦਾ ਧਿਆਨ ਨਾਲ ਚੱਲੀ ਪਹਿਲਾਂ ਅਲਰਟ ਕਰ ਦਿੰਦੇ ਇੱਥੇ ਨਾ ਕਿਉਂਕਿ ਕੈਮਰੇ ਤੋਂ ਆਪੇ ਖਿੱਚੀ ਜਾਣੀ ਆ ਫੋਟੋ ਅਤੇ ਘਰ ਟਿਕਟ ਆ ਜਾਣੀ ਆ ਇਹ ਤੋਂ ਫਲਾਣੀ ਸਪੀਡ 'ਤੇ ਲੰਘਿਆ ਤੇਰੀ ਗੱਡੀ ਦੀ ਸਪੀਡ ਜ਼ਿਆਦਾ ਸੀ ਇੱਥੇ 50 ਦੀ ਸਪੀਡ ਹੈ ਜੀ ਆਹ ਜਿਹੜੇ ਸਾਹਮਣੇ ਆ ਰਹੀਆਂ ਨਾ ਲਾਈਟਾਂ ਆਹ ਸਾਈਡ 'ਤੇ ਲੱਗਿਆ ਹੋਇਆ ਕੈਮਰਾ ਚੱਲ ਵੀ ਅਤੇ ਆਹ ਹੁਣ 15-20 ਦਿਨਾਂ ਦੇ ਵਿੱਚ ਤੁਹਾਨੂੰ ਫਿਰ ਦਿਖਾਵਾਂਗੇ ਜਿੰਨੇ ਵੀ ਦਰਖਤ ਸੁੱਕੇ ਪਏ 15-20 ਦਿਨਾਂ ਦੇ ਵਿੱਚ ਹਰੇ ਭਰੇ ਹੋ ਜਾਣਗੇ ਫਿਰ ਆ ਗਿਆ ਵੀ ਕੈਮਰਾ ਕੈਮਰੇ ਬੜੇ ਲਾਏ ਹੋਏ ਆ ਇਹਨਾਂ ਨੇ ਇੱਕ ਤਾਂ ਕਿਉਂਕਿ ਸਰਕਾਰ ਨੂੰ ਪੈਸਾ ਜਾਂਦਾ ਨਾ ਫਿਰ ਆਪੇ ਹੀ ਫੋਟੋ ਖਿੱਚੀ ਜਾਣੀ ਹੈ ਅਤੇ ਆਪੇ ਘਰ ਟਿਕਟ ਆ ਜਾਣੀ ਹੈ ਫਿਰ ਭਰਦੇ ਫਿਰੋ ਚਲੋ ਵਧੀਆ ਗੱਲ ਆ ਕਿਉਂਕਿ ਹਰ ਕੋਈ ਫਿਰ ਸੁਚੇਤ ਰਹਿੰਦਾ ਕਿ ਗੱਡੀ ਆਪਣੀ ਲਿਮਿਟ ਦੇ ਵਿੱਚ ਹੀ ਲੈ ਕੇ ਜਾਣੀ ਆ ਆ ਜਾਓ ਵੀ ਆ ਜਾਓ ਹੋ ਗਈ ਰੈੱਡ ਲਾਈਟ ਦੂਸਰਿਆਂ ਨੂੰ ਵੀ ਲੰਘਣ ਦਈਏ ਉਹਨਾਂ ਨੂੰ ਵੀ ਵਾਰੀ ਦਈਏ ਸੜਕਾਂ ਬੜੀਆਂ ਸੋਹਣੀਆਂ ਇੱਥੇ ਗੱਡੀ ਦਾ ਪਤਾ ਨਹੀਂ ਲੱਗਦਾ ਕਿ ਚੱਲ ਰਹੀ ਆ ਜਾਂ ਨਹੀਂ ਹੈ ਨਾ ਵਾਹ ਵੀ ਵਾਹ ਮੌਸਮ ਬਹੁਤ ਸੋਹਣਾ ਬਾਹਰ ਆਪਾਂ ਜਾ ਰਹੇ ਹਾਂ ਸਨਰਾਈਜ਼ ਹਾਈਵੇ 'ਤੇ ਹੈ ਨਾ ਵਾਲਮਾਰਟ ਵਾਲੀ ਸਾਈਡ ਹੋ ਗਈ ਵੇ ਗ੍ਰੀਨ ਲਾਈਟ ਚੱਲ ਵੀ ਵਾਹਿਗੁਰੂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨਿਊਯਾਰਕ ਦੇ ਸਿਟੀ ਦੇ ਵਿਊ ਜਦੋਂ ਹੋਏ ਕਰਾਂਗੇ ਵਿਹਲੇ ਤਾਂ
ਜ਼ਰੂਰ ਤੁਹਾਡੇ ਨਾਲ ਵੀ ਸਾਂਝੇ ਕਰਿਆ ਕਰਾਂਗੇ, ਗੱਲਾਂ ਬਾਤਾਂ ਤੁਹਾਡੇ ਨਾਲ ਕਰਿਆ ਕਰਾਂਗੇ। ਪਰ ਜੇ ਦੇਖਣਾ ਨਾ ਕੋਈ ਵੀ ਵੀਡੀਓ ਮਿਸ ਨਹੀਂ ਕਰਨੀ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਦਿਖ ਰਿਹਾ ਹੋਣਾ ਅਤੇ ਬੈਲ ਆਈਕਨ ਨੂੰ ਵੀ ਔਨ ਕਰ ਦਿਓ ਤਾਂ ਜੋ ਅਗਲੀ ਵੀਡੀਓ ਜਿਹੜੀ ਆਵੇ ਅਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਆਵੇ। ਠੀਕ ਹੈ ਜੀ, ਹਾਂ ਮੇਰਾ ਤਾਂ ਕੁਛ ਨਹੀਂ, ਤੁਸੀਂ ਵਾਂਝੇ ਰਹਿ ਜਾਓਗੇ ਦੇਖਣ ਤੋਂ, ਫਿਰ ਨਾ ਕਿਉਂਕਿ ਵੀਡੀਓ ਮਿਸ ਹੋ ਗਈ। ਹੈ ਨਾ ਵੀਰਾਂ ਨੂੰ ਬੇਨਤੀ ਆ ਚੱਲ ਇੱਥੇ, ਤਾਂ ਹੀ ਉਹ ਬਾਹਲਾ ਟਾਈਮ ਲੱਗਦਾ, ਰੈੱਡ ਲਾਈਟਾਂ ਬਹੁਤ ਆਉਂਦੀਆਂ ਅਤੇ ਜਿੱਦਾਂ ਦੀਆਂ ਸੜਕਾਂ ਬਣੀਆਂ ਹੋਈਆਂ ਨਾ, ਜਿੱਦਾਂ ਦੇ ਹਾਈਵੇ ਆ, ਜੇ ਮੇਰੇ ਵੀਰ ਇੰਡੀਆ ਵਾਲੇ ਹੋਣ ਨਾ 150 ਤੋਂ ਥੱਲੇ ਨਾ ਗੱਡੀ ਚਲਾਵੇ। ਅਤੇ ਹੁਣ ਤਾਂ ਇੰਡੀਆ ਦੇ ਵਿੱਚ ਵੀ ਹਾਈਵੇ ਬੜੇ ਸੋਹਣੇ ਬਣ ਗਏ, ਜਿਹੜੇ ਗੰਗਾਨਗਰ ਤੋਂ ਪਹਿਲਾਂ ਅਸੀਂ ਦਿੱਲੀ ਆਉਂਦੇ ਸੀ ਨਾ, ਕਮ ਸੇ ਕਮ 12-13 ਘੰਟੇ ਲੱਗਦੇ ਹੁੰਦੇ ਸੀ। ਐਤਕੀ ਵਾਰ ਮੈਂ ਗਿਆ ਅਤੇ ਅਸੀਂ ਨਾ ਗੰਗਾਨਗਰ ਤੋਂ ਦਿੱਲੀ 450 ਕਿਲੋਮੀਟਰ, 450 ਕਿਲੋਮੀਟਰ 7.5 ਘੰਟਿਆਂ 'ਚ ਲਾਤੀ ਸੀ ਅਸੀਂ ਗੱਡੀ। ਚਲੋ ਵੀ ਹੁਣ 12 ਮਿੰਟਾਂ ਦੀ ਵੀਡੀਓ ਹੋ ਚੁੱਕੀ ਆ ਅਤੇ ਹੁਣ ਕਰੀਏ ਆਪਾਂ ਸਮਾਪਤੀ, ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅਤੇ ਵੀਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜ਼ਰੂਰ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ। ਮਿਲਦੇ ਹਾਂ ਜੀ ਫਿਰ, ਸਤਿ ਸ਼੍ਰੀ ਅਕਾਲ।